ਜਿਹੜਾ ਸਮਾਜ ਦੇ ਹਰ ਕਿਤੇ 'ਚ ਨਿਗਾਰ ਆਇਆ ਉਵੇਂ ਕਾਂਗਰਸ ਪਾਰਟੀ 'ਚ ਵੀ ਬਹੁਤ ਜ਼ਿਆਦਾ ਗਿਰਾਵਟ ਆ ਗਈ। ਇਹਦੀ ਸਲਾਹ ਲੈ ਕੇ ਹੀ ਮੈਂ ਆਮ ਆਦਮੀ ਪਾਰਟੀ 'ਚ ਆਇਆ ਅਤੇ ਮੈਨੂੰ ਇਸ ਗੱਲ ਦੀ ਟਾਰਸ ਆ ਵੀ 1-2% ਛੱਡ ਕੇ ਬਾਕੀ ਸਾਰੇ ਜਿਹੜੇ ਸਾਡੇ ਸਾਥੀ ਸੀਗੇ ਉਹ ਮੇਰੇ ਨਾਲ ਅੱਜ ਆਮ ਆਦਮੀ ਪਾਰਟੀ ਦਾ ਕੰਮ ਕਰ। ਮੈਂ 2-3 ਗੱਲਾਂ ਜ਼ਰੂਰ ਜਿਹੜੇ ਪਿਛਲੇ  5 ਸਾਲ MLA ਰਹੇ ਨੇ ਅਮਰਿੰਦਰ ਵੀਰ ਪਾੜਾ ਜੀ ਉਹਨਾਂ ਵੱਲੋਂ 2-4 ਗੱਲਾਂ ਜ਼ਰੂਰ ਕਹਿਣੀਆਂ ਨੇ। ਦਰ ਦੀ ਰਾਜਨੀਤੀ ਖਤਮ ਕਰਾਂਗਾ, ਪਰਚੀਆਂ ਦੀ ਰਾਜਨੀਤੀ ਖਤਮ ਹੋਏਗੀ ਔਰ ਸੱਤਾਧਾਰੀਆਂ ਨੇ ਜਿਹੜਾ ਲੋਕਾਂ ਦੇ ਵਪਾਰਾਂ ਦੇ ਵਿੱਚ ਆਪਣੇ ਹਿੱਸੇ ਰੱਖਣੇ ਸ਼ੁਰੂ ਕਰਤੇ ਨੇ, ਉਹਨਾਂ ਦੀ ਮਰਜ਼ੀ ਤੋਂ ਬਗੈਰ ਤੁਸੀਂ ਪ੍ਰੋਪਰਟੀ ਨਹੀਂ ਲੈ ਸਕਦੇ, ਉਹਨਾਂ ਦੀ ਮਰਜ਼ੀ ਤੋਂ ਬਗੈਰ ਵਪਾਰ ਨਹੀਂ ਕਰ ਸਕਦੇ, ਇਹ ਸਾਰਾ ਐਟਮੋਸਫੇਅਰ ਖਤਮ। ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਹਰਦੀਪ ਸਿੰਘ ਆਲਮ, ਤੁਸੀਂ ਦੇਖ ਰਹੇ ਹੋ ਪੰਜਾਬ ਟੂਡੇ ਚੈਨਲ। ਪੰਜਾਬ ਅੰਦਰ ਇਸ ਸਮੇਂ ਵਿਧਾਨ ਸਭਾ ਚੋਣਾਂ ਦੀਆਂ ਸਰਗਰਮੀਆਂ ਜਾਰੀ ਹੈ, ਸਾਰੇ ਉਮੀਦਵਾਰ ਇੱਕ ਦੂਸਰੇ ਨੂੰ ਪਿਛਾਂ ਛੱਡਣ ਲਈ ਆਪਣਾ ਪ੍ਰਚਾਰ ਜ਼ੋਰ ਸ਼ੋਰ ਨਾਲ ਕਰ ਰਹੇ ਹਨ। ਇਸੇ ਸੰਬੰਧ ਵਿੱਚ ਅੱਜ ਅਸੀਂ ਗੁਰਦਾਸਪੁਰ ਵਿਧਾਨ ਸਭਾ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਸ਼੍ਰੀ ਅਮਨ ਬਹਿਲ ਨਾਲ ਗੱਲਬਾਤ ਕਰਨ ਲਈ ਆਏ ਹਾਂ ਅਤੇ ਤੁਹਾਡੀ ਉਹਨਾਂ ਨਾਲ ਗੱਲ ਵੀ ਕਰਾਵਾਂਗੇ। ਅਤੇ ਇਸ ਤੋਂ ਪਹਿਲਾਂ ਮੈਂ ਥੋੜ੍ਹਾ ਜਿਹਾ ਬਹਿਲ ਪਰਿਵਾਰ ਬਾਰੇ, ਕਿਉਂਕਿ ਮੈਂ ਵੀ ਇੱਥੋਂ ਰਹਿਣ ਵਾਲਾ ਹਾਂ ਅਤੇ ਇਹ ਵੀ ਰਹਿਣ ਵਾਲੇ ਇੱਥੋਂ ਦੇ ਥੋੜ੍ਹੇ ਮੈਂ ਜਾਣਕਾਰੀ ਮੈਨੂੰ ਮੇਰੇ ਕੋਲ ਹੈਗੀ ਹੈ ਅਤੇ ਮੈਂ ਚਾਹੁੰਦਾ ਕਿ ਦਰਸ਼ਕਾਂ ਨਾਲ ਉਹ ਵੀ ਸਾਂਝ ਪਾਈ ਜਾਵੇ। ਉਹ ਇਹ ਹੈ ਕਿ ਇਹਨਾਂ ਦੇ ਪਿਤਾ ਜੀ ਸ਼੍ਰੀ ਖੁਸ਼ਹਾਲ ਬਹਿਲ, ਮੇਰਾ ਖਿਆਲ ਸ਼ਾਇਦ 4 ਵਾਰ ਵਿਧਾਇਕ ਰਹੇ ਇਸ ਹਲਕੇ ਤੋਂ ਹੀ ਕਾਂਗਰਸ ਪਾਰਟੀ ਤਰਫੋਂ ਹੀ, ਅਤੇ ਵੱਖ ਵੱਖ ਵਿਦਾਰਤਾਂ ਵਿੱਚ ਬੜੇ ਅਹਿਮ ਵਿਭਾਗਾਂ ਦੇ ਮੰਤਰੀ ਵੀ ਰਹੇ ਅਤੇ ਸਾਰੀ ਜਿੰਨੀ ਉਹਨਾਂ ਦੀ ਸ੍ਰੀ ਆਪਣੇ ਪੋਲੀਟੀਸ਼ੀਅਨ ਜਿੰਨਾ ਚਿਰ ਉਹਨਾਂ ਨੇ ਸਿਆਸਤ ਕੀਤਾ ਸਗਰਮ ਸਿਆਸਤ, ਕੋਈ ਦੋਸ਼ ਨਹੀਂ, ਕੋਈ ਧੱਬਣ ਲੱਗਾ ਉਹਨਾਂ 'ਤੇ। ਅਤੇ ਉਹਨਾਂ ਦੀ ਉਹਨਾਂ ਦੇ ਜਿਉਂਦਿਆਂ ਹੀ ਰਮਨ ਬਹਿਲ ਉਹਨਾਂ ਦੇ ਨਾਲ ਨਾਲ ਤੁਰਨ ਲੱਗ ਪਏ ਸੀ। ਉਹਨਾਂ ਦੇ ਹੁੰਦਿਆਂ ਹੀ ਮੇਰਾ ਖਿਆਲ ਸ਼ਾਇਦ 2 ਵਾਰ ਨਗਰ ਕੌਂਸਲ ਗੁਰਦਾਸਪੁਰ ਦੇ ਪ੍ਰਧਾਨ ਵੀ ਬਣ ਗਏ ਸੀਗੇ। ਅਤੇ ਰਮਨ ਜੀ, ਜਿਵੇਂ ਮਤਲਬ ਇੱਕ ਪੂਰੀ ਪੀੜ੍ਹੀ ਚੱਲ ਗਈ ਕਾਂਗਰਸ ਪਾਰਟੀ ਵਿੱਚ, ਤੁਹਾਡੀ 60-65 ਸਾਲ ਉਮਰ 'ਚ ਲੱਗੀ ਕਾਂਗਰਸ ਪਾਰਟੀ ਵਿੱਚ, ਮਤਲਬ ਸ਼ਿਫਟ ਹੋਣ ਲੱਗਿਆਂ ਆਮ ਆਦਮੀ ਪਾਰਟੀ 'ਚ ਕਿੱਡੇ ਕੁ ਤੁਹਾਡੇ ਮਨ 'ਚ ਕਸਕ ਤਕਲੀਫ ਉੱਠੀ ਸੀ? ਇੱਕ ਤਾਂ ਸਾਰੇ ਦਰਸ਼ਕਾਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ, ਨਮਸਕਾਰ। ਆਲਮ ਜੀ, ਜਿਹੜਾ ਤੁਸੀਂ ਸਵਾਲ ਕੀਤਾ ਵੀ ਪਾਰਟੀ ਛੱਡਣ ਵੇਲੇ ਮੈਨੂੰ ਨੈਚੁਰਲੀ, ਮੈਂ ਉਸ ਪਾਰੇ ਬਣ ਨਾਲ ਪਾਰਟੀ ਛੱਡੀ ਸੀ ਔਰ ਉਸ ਵਕਤ ਮੈਨੂੰ ਔਖਾ ਵੀ ਲੱਗਾ, ਬੜਾ ਔਖਾ ਡਿਸੀਜਨ ਸੀਗਾ ਕਿਉਂਕਿ ਮੇਰੀ 3ਜੀ ਪੀੜ੍ਹੀ ਕਾਂਗਰਸ ਪਾਰਟੀ ਦੇ ਵਿੱਚ ਸੀਗੀ। ਪਰ ਹਾਲਾਤ ਕਾਂਗਰਸ ਪਾਰਟੀ ਦੇ ਐਸੇ ਬਣ ਗਏ ਸੀਗੇ ਜਿਸ ਤਰ੍ਹਾਂ ਸਮਾਜ ਦੇ ਹਰ ਕਿਤੇ 'ਚ ਨਿਗਾਰ ਆਇਆ ਉਵੇਂ ਕਾਂਗਰਸ ਪਾਰਟੀ 'ਚ ਵੀ ਬਹੁਤ ਜ਼ਿਆਦਾ ਗਿਰਾਵਟ ਆ ਗਈ। ਮੁੱਦੇ ਅਤੇ ਜਿਹੜੀ ਰਾਜਨੀਤੀ ਸੀ ਉਹ ਖਤਮ ਹੋ ਗਈ ਔਰ ਜਿਹੜੇ ਪੁਰਾਣੇ ਰਵਾਇਤੀ ਕਾਂਗਰਸਮੈਨ ਸੀਗੇ ਉਹਨਾਂ ਨੂੰ ਇਗਨੋਰ ਕਰਨਾ ਸ਼ੁਰੂ ਕਰਤਾ ਔਰ ਜਿਹੜੀਆਂ ਬਾਹਰਲੀਆਂ ਪਾਰਟੀਆਂ ਤੋਂ ਲੋਕ ਆਏ ਸੀ ਉਹਨਾਂ ਨੂੰ ਤਰਜੀਹ ਦੇਣੀ ਸ਼ੁਰੂ ਕਰਤੀ। ਔਰ ਦੂਸਰੇ ਪਾਸੇ ਮੈਨੂੰ ਕੇਜਰੀਵਾਲ ਜੀ ਦਾ ਪੰਜਾਬ ਬਾਰੇ ਵਿਜ਼ਨ, ਪੰਜਾਬ ਬਾਰੇ ਉਹਨਾਂ ਦੇ ਪ੍ਰੋਗਰਾਮ, ਪੰਜਾਬ ਬਾਰੇ ਉਹਨਾਂ ਦੀਆਂ ਪੋਲਿਸੀਜ਼ ਮੈਨੂੰ ਉਹ ਮਨ ਨੂੰ ਪਾਈਆਂ ਅਤੇ ਉਹਨਾਂ ਵੱਲ ਮੈਂ ਦੇਖ ਕੇ ਫਿਰ ਫੈਸਲਾ ਕਰ ਲਿਆ ਕਿ ਮੈਂ ਕਾਂਗਰਸ ਛੱਡ ਕੇ ਆਮ ਆਦਮੀ ਪਾਰਟੀ ਜੁਆਇਨ ਕੀਤੀ। ਇੱਕ ਵਾਰ ਸਾਹਿਬ, ਜਿਵੇਂ ਤੁਹਾਡੇ ਵੱਡੇ ਵੈਲ ਸਾਹਿਬ ਨਾਲ ਤੁਹਾਡੇ ਸਾਹਿਬ ਨਾਲ ਬੜੇ ਪਤਾ ਸਾਨੂੰ ਕਿ ਤੁਹਾਡੇ ਸਾਰੇ ਪਿੰਡਾਂ ਵਿੱਚ ਤੁਹਾਡਾ ਕੇਡਰ ਹੈਗਾ, ਤੁਹਾਡੇ ਸਾਥੀ ਹੈਗੇ ਨੇ, ਜਿਹੜਾ ਤੁਸੀਂ ਪਰਿਵਾਰ ਦੀ ਤਰ੍ਹਾਂ ਉਹਨਾਂ ਨਾਲ ਰਹਿੰਦੇ ਹੋ ਇੰਨੇ ਸਾਲਾਂ ਤੋਂ, ਅਤੇ ਜਦੋਂ ਤੁਸੀਂ ਸ਼ਿਫਟ ਹੋਏ ਹੋ ਕਾਂਗਰਸ ਪਾਰਟੀ ਵਿੱਚੋਂ ਆਮ ਆਦਮੀ ਪਾਰਟੀ ਵਿੱਚ, ਕੀ ਕੋਈ ਇਸ ਤਰ੍ਹਾਂ ਦੇ ਵੀ ਤੁਹਾਡੇ ਸਮਰਥਕ ਸੀਗੇ ਜਿਹੜੇ ਉਹ ਪਿੱਛੇ ਰਹਿ ਗਏ ਹੋਣ ਜਾਂ ਜ਼ਿਆਦਾ ਸਮਰਥਕ ਤੁਹਾਡੇ ਨਾਲ ਹੀ ਆ ਗਏ? ਹਾਂ, ਇਸ ਤਰ੍ਹਾਂ ਜੀ, ਮੈਂ ਜਿਸ ਵਕਤ ਫੈਸਲਾ ਲੈਣਾ ਸੀਗਾ ਅਤੇ ਮੈਂ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਨੂੰ ਕਿਹਾ ਸੀ ਕਿ ਮੇਰਾ ਪਰਿਵਾਰ ਵਸੀ ਹੈ। ਇੱਕ ਤਾਂ ਪਰਿਵਾਰ ਉਹ ਮਿਲਿਆ ਜਿਹੜਾ ਮੇਰੇ ਖੂਨ ਦਾ ਰਿਸ਼ਤਾ ਸੀ, ਦੂਸਰਾ ਪਰਿਵਾਰ ਐਸਾ ਸੀ ਜਿਹੜਾ ਮੇਰੇ ਪਿਤਾ ਜੀ ਨੇ ਆਪਣੇ ਕੰਮ ਨਾਲ ਬਣਾਇਆ ਸੀ ਔਰ ਬਹੁਤ ਵਸੀ ਪਰਿਵਾਰ ਸੀ, ਉਹ ਸਾਰੇ ਪਿੰਡਾਂ ਦੇ ਵਿੱਚ ਸੀ, ਸ਼ਹਿਰ ਦੇ ਵਿੱਚ ਸੀ। ਮੈਂ ਉਹਨਾਂ ਸਾਰਿਆਂ ਨਾਲ ਸਲਾਹ ਮਸ਼ਵਰਾ ਕੀਤਾ ਕਿ ਆਪਾਂ ਨੂੰ ਇੱਧਰਲੇ ਪਾਸੇ ਓਪਰਚੁਨਿਟੀ ਹੈਗੀ ਆ, ਜਾਣਾ ਚਾਹੀਦਾ ਔਰ ਸਾਰਿਆਂ ਦੀ ਸਲਾਹ ਲੈ ਕੇ ਹੀ ਮੈਂ ਆਮ ਆਦਮੀ ਪਾਰਟੀ 'ਚ ਆਇਆ ਅਤੇ ਮੈਨੂੰ ਇਸ ਗੱਲ ਦੀ ਟਾਰਸ ਆ ਕਿ 1-2% ਛੱਡ ਕੇ ਬਾਕੀ ਸਾਰੇ ਜਿਹੜੇ ਸਾਡੇ ਸਾਥੀ ਸੀਗੇ ਉਹ ਮੇਰੇ ਨਾਲ ਅੱਜ ਆਮ ਆਦਮੀ ਪਾਰਟੀ ਦਾ ਕੰਮ ਕਰ ਰਹੇ ਨੇ। ਉਹ ਨਾਲ ਹੀ ਆ ਗਏ, ਜਿਹਦੇ 'ਚ 1-2% ਤੁਸੀਂ ਕਹਿ ਸਕਦੇ ਹੋ ਵੀ ਉਹ ਬੰਦੇ ਜਿਹੜੇ ਉਹ ਰਹਿ ਗਏ, ਪਰ ਬਾਈ ਐਂਡ ਲਾਰਜ ਉਹ ਸਾਰੇ ਹੀ ਮੇਰੇ ਸਾਥੀ ਮੇਰੇ ਨਾਲ ਆਮ ਆਦਮੀ ਪਾਰਟੀ 'ਚ ਆ ਗਏ ਸੀ। ਦੱਸੋ ਤੁਸੀਂ ਕਿ ਜਿਹੜੀ ਆਪਣੇ ਮੌਜੂਦਾ MLA ਗੁਰਦਾਸਪੁਰ ਦਾ, ਉਹਨਾਂ ਦੀ ਜਿਹੜੀ 4-5 ਸਾਲ ਦੀ ਕਾਰਗੁਜ਼ਾਰੀ ਹੈ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਦੇਖੋ ਆਲਮ ਜੀ, ਹਮੇਸ਼ਾ ਸਮਾਜ ਜੱਜ ਕਰਦਾ ਬੰਦੇ ਨੂੰ। ਮੈਂ 2-3 ਗੱਲਾਂ ਜ਼ਰੂਰ ਜਿਹੜੇ ਪਿਛਲੇ 5 ਸਾਲ MLA ਰਹੇ ਨੇ ਅਮਰਿੰਦਰ ਵੀਰ ਪਾੜਾ ਜੀ ਉਹਨਾਂ ਵੱਲੋਂ 2-4 ਗੱਲਾਂ ਜ਼ਰੂਰ ਕਹਿਣੀਆਂ ਨੇ। ਇੱਕ ਤਾਂ ਦੇਖੋ, ਗੁਰਦਾਸਪੁਰ ਸਾਡਾ ਬੜਾ ਡਿਸਾਈਲ ਸ਼ਹਿਰ ਸੀ ਇਹਨਾਂ 5 ਸਾਲਾਂ 'ਚ ਵੀ ਔਰ ਉਸ ਤੋਂ ਪਹਿਲਾਂ 10 ਸਾਲ ਸ਼੍ਰੋਮਣੀ ਅਕਾਲੀ ਦਲ ਦੇ MLA ਰਹੇ ਬੱਬੇ ਅਲੀ ਸਾਹਿਬ,
ਇਹਨਾਂ ਵੇਲੇ ਗੁਰਦਾਸਪੁਰ ਦੇ ਵਿੱਚ ਡਰ ਦਾ ਮਾਹੌਲ ਸ਼ੁਰੂ ਹੋ ਗਿਆ, ਦਹਿਸ਼ਤ ਦਾ ਮਾਹੌਲ ਸ਼ੁਰੂ ਹੋ ਗਿਆ ਔਰ ਲੋਕਾਂ ਨੇ ਵਿਰੋਧ ਕਰਨ ਦੀ ਆਦਤ ਹੀ ਭੁੱਲ ਗਏ ਕਿਉਂਕਿ ਐੱਮ ਐੱਲ ਏ ਦਾ ਡਰ ਹੀ ਇੰਨਾ ਰਹਿੰਦਾ ਸੀ। ਔਰ ਸੈਕਿੰਡਲੀ ਜਿਹੜੀ ਆ ਪਰਚੀਆਂ ਦੀ ਰਾਜਨੀਤੀ ਚੱਲੀ, ਉਹਨੇ ਲੋਕਾਂ ਨੂੰ ਡਰਾ ਧਮਕਾ ਕੇ ਰੱਖਤਾ। ਦੇਖੋ ਲੋਕਤੰਤਰ ਦੇ ਵਿੱਚ ਸੱਤਾ ਜ਼ਰੂਰੀ ਆ, ਮਜੋਰਿਟੀ ਵੀ ਜ਼ਰੂਰੀ ਆ, ਪਰ ਲੋਕਤੰਤਰ ਦੇ ਵਿੱਚ ਜੇ ਵਿਰੋਧ ਨਾ ਹੋਵੇ, ਜਿਹਨੂੰ ਆਪਾਂ ਡਿਸੈਂਟ ਕਹਿੰਦੇ ਹਾਂ, ਫਿਰ ਡਿਸੈਂਟ ਕਹਿੰਦੇ ਹਾਂ ਤਾਂ ਫਿਰ ਲੋਕਤੰਤਰ ਕਾਮਯਾਬ ਕਿਵੇਂ ਹੋਏਗਾ। ਔਰ ਇਹਨਾਂ ਨੇ ਦੇਖੋ ਹੋਇਆ ਕਿ ਪੰਚਾਇਤ ਦੀਆਂ ਚੋਣਾਂ ਬੰਦ ਹੋ ਗਈਆਂ, ਇਹਨਾਂ ਨੇ ਦਹਿਸ਼ਤ ਦਾ ਮਾਹੌਲ ਬਣਾ ਕੇ ਜਿਹੜੇ ਸਰਪੰਚ ਚਾਹੁੰਦੇ ਸੀ ਉਹਨਾਂ ਨੂੰ ਬਣਾ ਦਿੱਤਾ, ਬਾਕੀਆਂ ਦੇ ਪੇਪਰ ਰਿਜੈਕਟ ਹੋ ਗਏ, ਨੋਮੀਨੇਸ਼ਨ ਨਹੀਂ ਕਰ ਸਕੇ, ਪੁਲਿਸ ਦਾ ਰੋਲ ਬੜਾ ਰਿਹਾ। ਔਰ ਜਿਹੜੀ ਇੱਕ ਦੂਜੀ ਪਿਛਲੇ 10 ਜਾਂ 15 ਸਾਲਾਂ 'ਚ ਗੁਰਦਾਸਪੁਰ 'ਚ ਗੱਲ ਆਈ ਆ ਕਿ ਹਰ ਐੱਮ ਐੱਲ ਏ ਨੇ ਪੁਲਿਸ ਨੂੰ ਆਪਣੇ ਕੰਟਰੋਲ 'ਚ ਰੱਖਿਆ। ਔਰ ਸੋਮਾ ਸੋ ਵੀ ਜਿਹੜੀਆਂ ਐੱਫ ਆਈ ਆਰ ਦੀਆਂ ਕਿਤਾਬਾਂ ਨੇ, ਮੈਂ ਤਾਂ ਇਹ ਵੀ ਕਹਿ ਦਿੰਦਾ ਵੀ ਉਹ ਐੱਮ ਐੱਲ ਏ ਨੇ ਆਪਣੇ ਘਰਾਂ 'ਚ ਰੱਖ ਲਈਆਂ, ਵੀ ਜੇ ਐੱਮ ਐੱਲ ਏ ਫੋਨ ਕਰੇਗਾ ਤਾਂ ਪੁਲਿਸ ਦੀ ਅਰਜ਼ੀ ਲੱਗਣੀ ਆ, ਜੇ ਉਹ ਫੋਨ ਕਰੇਗਾ ਤਾਂ ਉਹ ਅਰਜ਼ੀ ਵਾਪਸ ਹੋ ਜਾਣੀ ਆ। ਆਹ ਜਿਹੜਾ ਦਹਿਸ਼ਤ ਦਾ ਮਾਹੌਲ, ਦੂਸਰੀ ਗੱਲ ਬਿਜ਼ਨਸ ਨਹੀਂ ਖੋਲ੍ਹ ਕੇ ਕਰ ਸਕੇ ਵਪਾਰੀ, ਔਰ ਮੈਨੂੰ ਕਹਿਣ 'ਚ ਗੁਰੇਜ਼ ਨਹੀਂ ਵੀ ਕੋਈ ਐਸਾ ਵਪਾਰ ਨਹੀਂ ਗੁਰਦਾਸਪੁਰ ਦੇ ਵਿੱਚ ਜਿੱਥੇ ਸੱਤਾਧਾਰੀ ਐੱਮ ਐੱਲ ਏ ਦੀ ਹਿੱਸੇਦਾਰੀ ਬਗੈਰ ਇਨਵੈਸਟਮੈਂਟ ਤੋਂ ਨਾ ਹੋਵੇ। ਇਹਦੇ ਕਰਕੇ ਆ ਜਿਹੜਾ ਮਾਹੌਲ ਬਣਿਆ ਗੁਰਦਾਸਪੁਰ ਦਾ, ਇਹ ਇੱਕ ਬੜਾ ਮੈਂ ਸਮਝਦਾ ਵੀ ਦਰਦਨਾਕ ਗੱਲ ਆ, ਲੋਕਤੰਤਰ ਦੇ ਵਿਰੁੱਧ ਆ। ਔਰ ਇਹ 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 ਹੋਣਾ ਨਹੀਂ ਚਾਹੀਦਾ ਡਰ ਦਾ ਮਾਹੌਲ। ਲੋਕ ਆਪ ਤਾਂ ਵੋਟਾਂ ਪਾਉਂਦੇ ਨੇ, ਆਪ ਸੱਤਾ ਦਿੰਦੇ ਨੇ, ਅਤੇ ਜਿਹੜੀ ਸੱਤਾ ਲੋਕ ਦੇਣ ਫਿਰ ਉਹ ਸੱਤਾ ਤੋਂ ਲੋਕ ਡਰੀ ਚੱਲਣ। ਇਹ ਇੱਕ ਬੜੀ ਮਾੜੀ ਪਿਛਲੇ 5 ਸਾਲਾਂ 'ਚ ਗੱਲ ਹੋਈ ਆ। ਤੁਸੀਂ ਤੁਹਾਡੇ ਕੋਈ ਮਨ 'ਚ ਇਸ ਤਰ੍ਹਾਂ ਦਾ ਕੋਈ ਏਜੰਡਾ ਗੁਰਦਾਸਪੁਰ ਪ੍ਰਧਾਨ ਹਲਕੇ ਬਾਰੇ ਜਾਂ ਸ਼ਹਿਰ ਬਾਰੇ ਜਿਹੜੇ ਤੁਸੀਂ ਤੁਹਾਡੇ ਮਨ ਵਿੱਚ ਘਰ ਕਰਕੇ ਬੈਠਾ ਹੋਇਆ ਵੀ ਮੈਂ ਜਦੋਂ ਵੀ ਮੈਨੂੰ ਕਿਤੇ ਪਾਵਰ ਮਿਲੀ ਜਾਂ ਵਿਧਾਇਕ ਫਿਰਿਆ ਜਾਂ ਵਿਧਾਇਕ ਤੋਂ ਅੱਗੇ ਗਿਆ ਉਹ ਮੈਂ ਗੁਰਦਾਸਪੁਰ ਦੇਣਾ ਚਾਹਾਂਗਾ, ਉਹ ਤੁਹਾਡੇ ਮਨ 'ਚ ਕੀ ਸੰਕਲਪ ਲਿਆ ਗੁਰਦਾਸਪੁਰ? ਸਰ ਸਭ ਤੋਂ ਪਹਿਲਾਂ ਮੈਂ ਸੰਕਲਪ ਗੁਰਦਾਸਪੁਰ ਦਾ ਇਹ ਲਿਆ ਕਿ ਮੈਂ ਗੁਰਦਾਸਪੁਰ ਦੇ ਵਿੱਚ ਡਰ ਦੀ ਰਾਜਨੀਤੀ ਖਤਮ ਕਰਾਂਗਾ, ਪਰਚੀਆਂ ਦੀ ਰਾਜਨੀਤੀ ਖਤਮ ਹੋਏਗੀ। ਔਰ ਸੱਤਾਧਾਰੀਆਂ ਨੇ ਜਿਹੜਾ ਲੋਕਾਂ ਦੇ ਵਪਾਰਾਂ ਦੇ ਵਿੱਚ ਆਪਣੇ ਹਿੱਸੇ ਰੱਖਣੇ ਸ਼ੁਰੂ ਕਰਤੇ ਨੇ, ਉਹਨਾਂ ਦੀ ਮਰਜ਼ੀ ਤੋਂ ਬਗੈਰ ਤੁਸੀਂ ਪ੍ਰੋਪਰਟੀ ਨਹੀਂ ਲੈ ਸਕਦੇ, ਉਹਨਾਂ ਦੀ ਮਰਜ਼ੀ ਤੋਂ ਬਗੈਰ ਵਪਾਰ ਨਹੀਂ ਕਰ ਸਕਦੇ, ਇਹ ਸਾਰਾ ਐਟਮੋਸਫੇਅਰ ਖਤਮ ਕਰਾਂਗੇ, ਲੋਕਾਂ ਨੂੰ ਆਜ਼ਾਦ ਕਰਾਂਗੇ। ਲੋਕ ਜਿੱਦਾਂ ਪਹਿਲਾਂ ਮੇਰੇ ਪਿਤਾ ਜੀ ਵੇਲੇ ਹੁੰਦਾ ਸੀ ਵੀ ਵਿਰੋਧ ਵੀ ਕਰਦੇ ਸੀ ਅਤੇ ਤਾਂ ਵੀ ਕੋਈ ਐਸੀ ਗੱਲ ਨਹੀਂ ਸੀ ਹੁੰਦੀ, ਖੁੱਲ੍ਹੇ ਇਲੈਕਸ਼ਨ ਹੁੰਦੇ ਸੀ, ਪੰਚਾਇਤਾਂ ਦੇ ਖੁੱਲ੍ਹੇ ਇਲੈਕਸ਼ਨ ਕਰਾਵਾਂਗੇ। ਅੱਜ ਦੇ ਚੋਣਾਂ ਹੀ ਬੰਦ ਹੋ ਗਈਆਂ ਨੇ, ਅਸੀਂ ਲੋਕਾਂ ਨੂੰ ਤਾਂ ਕੀ ਦੇਣਾ ਸੀ, ਅਸੀਂ ਲੋਕਾਂ ਦਾ ਜਿਹੜਾ ਵੋਟਾਂ ਦਾ ਅਧਿਕਾਰ ਸੀ ਉਹ ਹੀ ਖੋਲ੍ਹਿਆ। ਇਹ ਸਾਰੀਆਂ ਚੀਜ਼ਾਂ ਮੇਰਾ ਮਨ ਹੈ ਵੀ ਜੇ ਪਰਮਾਤਮਾ ਨੇ ਕਿਰਪਾ ਕੀਤੀ ਜੇ ਮੈਂ ਇੱਥੋਂ ਕਾਮਯਾਬ ਹੋਇਆ ਤਾਂ ਇਹ ਮੈਂ ਸਾਰੀਆਂ ਪੁਰਾਣੀ ਚੀਜ਼ਾਂ ਬਹਾਲ ਕਰਾਂਗਾ, ਜਿਹੜੀ ਪੁਰਾਣੀ ਗੁਰਦਾਸਪੁਰ ਦੀ ਰਾਜਨੀਤੀ ਸੀ, ਜਿਹੜੀ ਜਿਹਦੇ ਵਿੱਚ ਲੋਕ ਵਿਰੋਧ ਵੀ ਕਰਦੇ ਸੀ, ਡਰ ਦਾ ਮਾਹੌਲ ਨਹੀਂ ਸੀ, ਖੁੱਲ੍ਹੀਆਂ ਚੋਣਾਂ ਹੁੰਦੀਆਂ ਸੀ, ਉਹ ਸਾਰੀਆਂ ਬਹਾਲ ਕਰਾਂਗੇ। ਇੱਕ ਅਸੀਂ ਦੇਖਦੇ ਹਾਂ ਕਾਫੀ ਲੰਬੇ ਸਮੇਂ ਤੋਂ ਕਿ ਗੁਰਦਾਸਪੁਰ ਦਾ ਜਿਹੜਾ ਜਾਂਦੇ ਹਾਂ ਪਠਾਨਕੋਟ ਨੂੰ ਗੁਰਦਾਸਪੁਰ ਤੋਂ, ਅਤੇ ਉੱਥੇ ਜਿਹੜਾ ਰੇਲਵੇ ਕਰੋਸਿੰਗ ਆ, ਮੈਡਮ ਭਿੰਡਰ ਇੱਥੇ ਐੱਮ ਪੀ ਰਹੀ, ਹਰ 5 ਵਾਰੀ 6 ਵਾਰੀ ਜਿੱਤੇ ਉਹ ਮੈਡਮ ਨੇ, ਅਤੇ 6 ਵਾਰੀ ਹਰ ਵਾਰੀ ਇੱਕ ਵੋਟਾਂ ਲਾ ਜਾਂਦੇ ਵੀ ਇਹ ਤੁਹਾਡਾ ਹੋਰ ਬ੍ਰਿਜ ਬਣ ਜਾਏਗਾ, ਅਤੇ ਇਹ ਦਹਾਕਿਆਂ ਤੋਂ ਲੋਕਾਂ ਦੀ ਭੱਖਵੀ ਮੰਗ ਹੈ। ਸਰ ਇਹਦੇ ਵਿੱਚ ਪ੍ਰੋਬਲਮ ਮੁਸ਼ਕਿਲ ਇਹ ਆ ਗਈ ਵੀ ਪੋਲੀਟੀਕਲ ਕੰਸਿਡਰੇਸ਼ਨ ਆ ਗਈ, ਮੈਨੂੰ ਕਹਿਣ 'ਤੇ ਵੀ ਗੁਰੇਜ਼ ਨਹੀਂ ਵੀ ਜਦੋਂ ਬੱਬੇ ਵਾਲੀ ਸਾਹਿਬ ਐੱਮ ਐੱਲ ਏ ਬਣੇ ਤਾਂ ਇਹਨਾਂ ਨੇ ਆਪਣਾ ਮਾਹੌਲ ਬਣਾ ਲਿਆ, ਇਹ ਚਾਹੁੰਦੇ ਸੀਗੇ ਵੀ ਇਹ ਜਿਹੜਾ ਰੇਲ ਤਿਬੜੀ ਰੋਡ ਵਾਲਾ ਵਾ ਓਵਰ ਬ੍ਰਿਜ ਬਣੇ ਤਾਂ ਕਿ ਪਿੱਛੇ ਭਾਵੇਂ ਦੁਕਾਨਦਾਰ ਦਾ ਨੁਕਸਾਨ ਹੋ ਜਾਵੇ ਪਰ ਇਹਨਾਂ ਦੇ ਮਾਲ ਦੇ ਉੱਪਰ ਉਹ ਬ੍ਰਿਜ ਖਤਮ ਹੋਵੇ ਅਤੇ ਇਹਨਾਂ ਦੇ ਮਾਲ ਨੂੰ ਫਾਇਦਾ ਹੋ ਜਾਵੇ। ਇਹ ਕੰਮ ਖਤਮ ਹੋਇਆ ਅਤੇ ਬਾੜਾ ਸਾਹਿਬ ਆ ਗਏ, ਇਹਨਾਂ ਨੇ ਆਪਣਾ ਮਾਲ ਬਣਾ ਲਿਆ ਉੱਥੇ। ਹੁਣ ਇਹਨਾਂ ਨੇ ਕੀ ਕੀਤਾ ਕਿ ਇਹਨਾਂ ਨੇ ਆਪਣੇ ਮਾਲ ਨੂੰ ਬਚਾਉਣ ਵਾਸਤੇ ਅੰਡਰਗਰਾਊਂਡ ਬਣਾਉਣਾ ਸ਼ੁਰੂ ਕਰਤਾ। ਹਾਂਜੀ, ਜਿੱਥੇ ਇਹਨਾਂ ਦਾ ਕੱਪੜਾ ਘਰ ਆ ਰਿਲਾਇੰਸ ਦਾ, ਉਹ ਤੁਸੀਂ ਦੇਖਿਆ ਉਹ ਸਾਰੀ ਬਿਲਡਿੰਗ ਆ, ਵਕਫ ਬੋਰਡ ਦੀ ਜਗ੍ਹਾ ਸੀ ਉਹ ਹੁਣ ਇਹਨਾਂ ਨੇ ਅੰਡਰਗਰਾਊਂਡ ਬਣਾਉਣਾ ਸ਼ੁਰੂ ਕਰਤਾ। ਨਤੀਜਾ ਕੀ ਹੋਇਆ, ਆਲਮ ਸਾਹਿਬ ਜਾ ਕੇ ਦੇਖੋ, ਤਿਬੜੀ ਰੋਡ 'ਤੇ ਲੋਕਾਂ ਦਾ ਸਾਲ ਸਾਲ ਤੋਂ ਬਿਜ਼ਨਸ ਖਤਮ ਹੋ ਗਿਆ, ਨਾ ਉਹ ਬੜਿਆ ਨਾ ਕੁਛ ਹੋਇਆ, ਲੋਕ ਇੰਨੇ ਤੰਗ, ਰਸਤੇ ਸਾਡੇ ਬੰਦ ਹੋ ਗਏ ਵਪਾਰਾਂ ਦਾ। ਇਸ ਕਰਕੇ ਇਹਨਾਂ ਨੇ ਪੋਲੀਟੀਕਲ ਕੰਸਿਡਰੇਸ਼ਨ ਰੱਖੀਆਂ ਨੇ, ਆਪਣੀ ਆਪ ਜਾਤੀ ਮੁਫਾਦ ਰੱਖੇ ਨੇ, ਇਸ ਕਰਕੇ ਉਹ ਜਿਹੜਾ ਮੰਡੀ ਵਾਲਾ ਓਵਰ ਬ੍ਰਿਜ ਸੀ ਉਹ ਪਿੱਛੇ ਪੈ ਗਿਆ। ਔਰ ਦੂਸਰਾ ਮੇਰਾ ਮਨ ਦਾ ਇਹ ਵੀ ਵਿਚਾਰ ਹੈ ਕਿ ਜੇ ਅਕਾਲ ਪੁਰਖ ਨੇ ਕਿਰਪਾ ਕੀਤੀ, ਇੱਥੇ ਅੱਜ ਦੋ ਚੀਜ਼ਾਂ ਦੀ ਬੜੀ ਪ੍ਰੋਬਲਮ ਆ, ਇੱਕ ਤਾਂ ਬੇਰੁਜ਼ਗਾਰੀ ਬਹੁਤ ਆ, ਔਰ ਬੇਰੁਜ਼ਗਾਰੀ ਦੇ ਨਾਲ ਨਾਲ ਨਸ਼ਿਆਂ ਦਾ ਬਹੁਤ ਪ੍ਰਕੋਪ ਹੈ। ਅੱਜ ਹਰ ਘਰ ਦੇ ਵਿੱਚ ਮਾਪੇ ਜਿਹੜੇ ਨੇ ਦੁਖੀ ਨੇ, ਇਹ ਦੋਨੋਂ ਚੀਜ਼ਾਂ ਵੱਡਾ ਪ੍ਰੋਜੈਕਟ ਕੋਈ ਲੈ ਕੇ ਆਵਾਂਗੇ। ਦੇਖੋ ਮੇਰੇ ਪਿਤਾ ਜੀ 4 ਵਾਰ ਉਹਨਾਂ ਨੇ ਨੁਮਾਇੰਦਗੀ ਕੀਤੀ,
ਉਹਨਾਂ ਵੇਲੇ ਸ਼ੂਗਰ ਮਿਲ ਆਈ, ਮਿਲਕ ਪਲਾਂਟ ਆਇਆ, ITI ਫੋਰ ਗਰਲਸ ਪੰਡੋਰੀ ਰੋਡ 'ਤੇ ਆਈ, ਬੇਅੰਤ ਇੰਜੀਨੀਅਰਿੰਗ ਕਾਲਜ ਆਇਆ, ਰੀਜਨਲ ਸੈਂਟਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਦਾ ਆਇਆ, ਐਗਰੀਕਲਚਰ ਇੰਸਟੀਚਿਊਟ ਆਈ। ਕੁਛ 15 ਸਾਲਾਂ ਦੇ ਵਿੱਚ ਇਹ ਕੋਈ ਪ੍ਰੋਜੈਕਟ ਵੱਡਾ ਨਹੀਂ ਲਿਆ ਸਕੇ। ਸੋ ਜੇ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਤਾਂ ਕੋਈ ਵੱਡਾ ਪ੍ਰੋਜੈਕਟ ਲੈ ਕੇ ਆਵਾਂਗੇ ਜਿਹਦੇ ਵਿੱਚ ਇੰਪਲੋਇਮੈਂਟ ਜਨਰੇਟ ਹੋਵੇ। ਔਰ ਦੂਸਰਾ, ਕੇਜਰੀਵਾਲ ਜੀ ਦਾ ਵੀ ਐਦ ਹੈ ਕਿ ਮੈਂ ਪੰਜਾਬ ਦੇ ਵਿੱਚ ਨਸ਼ਿਆਂ ਨੂੰ ਨੱਥ ਪਾਉਣੀ ਆ। ਔਰ ਸਾਡੀ ਜਵਾਨੀ ਨਸ਼ਿਆਂ ਦੇ ਵਿੱਚ ਬਹੁਤ ਜ਼ਿਆਦਾ ਢਾਲ ਲੱਗੀ ਆ, ਔਰ ਉਹ ਜਿੰਨਾ ਚਿਰ ਤੱਕ ਨਸ਼ਿਆਂ ਦਾ ਖਾਤਮਾ ਨਹੀਂ ਹੁੰਦਾ ਅਸੀਂ ਆਪਣੀ ਯੂਥ ਨੂੰ ਬਚਾ ਨਹੀਂ ਸਕਦੇ। ਸਾਡੇ ਨੌਜਵਾਨ ਤਾਂ ਅੱਜ ਬਾਹਰ ਜਾਣ ਦਾ ਉਹਨਾਂ ਨੇ ਰੁੱਖ ਕੀਤਾ ਦਾ ਵਾ, ਜਰਾ ਕੋਈ ਪਲੱਸ ਟੂ ਕਰਦਾ, ਆਈਲੈਟ ਕਰਦਾ, 25-25 ਲੱਖ ਰੁਪਈਆ ਖਰਚ ਕੇ ਬਾਹਰ ਜਾਂਦੇ ਨੇ, ਬਹੁਤ ਮਾੜੀ ਗੱਲ ਆ। ਇਹ ਟਰੈਂਡ ਨੂੰ ਵੀ ਰੋਕਿਆ ਜਾਊਗਾ। ਮਤਲਬ ਕੋਈ ਤੁਹਾਡੇ ਮਨ ਇੱਦਾਂ ਦਾ ਨਹੀਂ ਸੰਕਲਪ ਲਿਆ ਕਿ ਇੱਥੋਂ ਦੀ ਕੋਈ ਐਡੀ ਵੱਡੀ ਕੋਈ ਇੰਡਸਟਰੀ ਬਣ ਜਾਵੇ ਜਿੱਥੋਂ ਨੌਜਵਾਨਾਂ ਨੂੰ ਉੱਥੋਂ ਰੁਜ਼ਗਾਰ ਮਿਲ ਸਕੇ? ਇਹੋ ਹੀ ਮੈਂ ਦੱਸਿਆ ਵੀ ਮੇਰਾ ਮਨ ਇਹੋ ਹੀ ਹੋਊਗਾ ਕਿ ਕੋਈ ਵੱਡਾ ਪ੍ਰੋਜੈਕਟ ਲੈ ਕੇ ਆਇਆ ਜਾਵੇ ਤਾਂ ਕਿ ਬੱਚਿਆਂ ਨੂੰ ਰੁਜ਼ਗਾਰ ਦੇ ਸਾਧਨ ਮਿਲ ਸਕਣ। ਜਿਵੇਂ ਤੁਸੀਂ ਕਹਿ ਰਹੇ ਹੋ ਕਿ ਪੰਜਾਬ ਦਾ ਵਿਜ਼ਨ ਬੜਾ ਕਲੀਅਰ ਆ ਉਹਨਾਂ ਨੂੰ, ਕੇਜਰੀਵਾਲ ਸਾਹਿਬ ਨੂੰ, ਮਤਲਬ ਤਾਂ ਤੁਸੀਂ ਜੇ ਆਪਣੇ ਹਲਕੇ ਬਾਰੇ ਵੇਖੋ ਤਾਂ ਤੁਹਾਨੂੰ ਇੱਥੋਂ ਪੰਜਾਬ ਦਾ ਗੁਰਦਾਸਪੁਰ ਦਾ ਵਿਊ ਕਿਸ ਤਰ੍ਹਾਂ ਨਜ਼ਰ ਆ ਰਿਹਾ? ਮੈਂ ਤਾਂ ਤੁਹਾਨੂੰ ਦੱਸ ਰਿਹਾ ਮੇਰਾ ਵਿਜ਼ਨ ਗੁਰਦਾਸਪੁਰ ਬਾਰੇ ਇਹ ਹੈ, 1, ਦਰ ਦੀ ਰਾਜਨੀਤੀ ਖਤਮ ਕਰਾਂਗੇ, 2, ਇੰਪਲੋਇਮੈਂਟ ਵੱਲ ਪੂਰਾ ਧਿਆਨ ਦੇਵਾਂਗੇ, 3, ਨਸ਼ਿਆਂ ਨੂੰ ਖਤਮ ਕਰਾਂਗੇ, 4, ਓਵਰਆਲ ਡਿਵੈਲਪਮੈਂਟ, ਔਰ ਡਿਵੈਲਪਮੈਂਟ ਜਿਹੜਾ ਪੈਸਾ ਉਹ ਪੂਰਾ ਜ਼ਮੀਨ 'ਤੇ ਲੱਗੇ, ਇਹ ਮੇਰਾ ਵਿਜ਼ਨ ਹੈ ਗੁਰਦਾਸਪੁਰ ਬਾਰੇ। ਸਰ ਜਿਵੇਂ ਤੁਸੀਂ ਕਰਪਸ਼ਨ ਕਿਤੇ ਦੂਰ ਕਰੋਗੇ, ਕਰਪਸ਼ਨ ਦੂਰ ਹੋਣੀ ਮੈਨੂੰ ਨਹੀਂ ਲੱਗਦਾ ਵੀ ਇਹ ਪੋਸੀਬਲ ਗੱਲ ਹੈ, ਕਿਉਂਕਿ ਸਿਸਟਮ ਤਾਂ ਇਹੀ ਰਹਿਣਾ, ਇਹੀ ਬਿਊਰੋਕਰੇਸੀ, ਇਹੋ ਹੀ ਉੱਪਰੋਂ ਫਾਈਲਾਂ ਥੱਲੇ ਆਉਣੀਆਂ, ਥੱਲੇ ਉੱਪਰ ਜਾਣੀਆਂ, ਕਿਹਦੇ ਵਾਸਤੇ ਕੋਈ ਦੁਬਾਰਾ ਇਨਕਲਾਬ ਲਿਆਓਗੇ, ਰੈਵੋਲਿਊਸ਼ਨ ਲਿਆਓਗੇ ਇਸ ਮਾਮਲੇ 'ਚ? ਆਰਮੀ ਬਿਲਕੁਲ ਤੁਹਾਡੀ ਗੱਲ ਠੀਕ ਹੈ, ਬਟ ਇਹਦੇ ਲਈ ਪੋਲੀਟੀਕਲ ਵਿਲ ਚਾਹੀਦੀ ਆ। ਦੇਖੋ ਮਾਈਂਡ ਨਾ ਕਰਨਾ, ਕਾਂਗਰਸ ਨੇ ਪੋਲੀਟੀਕਲ ਵਿਲ ਨਹੀਂ ਰੱਖੀ। ਤੁਸੀਂ ਅੱਜ ਤਹਿਸੀਲੇ ਚਲੇ ਜਾਓ, ਹਾਲਾਂਕਿ ਸਾਡੇ ਸੇਲ ਡੀਡ ਦੇ ਰੇਟਸ ਫਿਕਸ ਨੇ, ਮੁਹੱਲੇ ਦੇ ਵੀ ਫਿਕਸ ਨੇ, ਪਿੰਡਾਂ ਦੇ ਵੀ ਫਿਕਸ ਨੇ, ਬਟ ਫਿਰ ਵੀ ਰਜਿਸਟਰੀ ਬਗੈਰ ਪੈਸੇ ਨਹੀਂ ਹੁੰਦੀ। ਜੋ ਤੁਸੀਂ ਰਜਿਸਟਰੀ ਫਿਕਸ ਰੇਟ DC ਰੇਟ ਦੇ ਇਲਾਵਾ ਵੀ ਤੁਹਾਨੂੰ 1-2% ਵੱਖਰਾ ਦੇਣਾ ਪੈਂਦਾ। ਸੋ ਇਹ ਸਾਰੀਆਂ ਚੀਜ਼ਾਂ ਕਰਪਸ਼ਨ ਦੀਆਂ ਨੇ। ਜਿੰਨਾ ਚਿਰ ਤੱਕ ਪੋਲੀਟੀਕਲ ਵਿਲ ਨਹੀਂ ਹੋਏਗੀ ਉਨਾ ਚਿਰ ਤੱਕ ਖਤਮ ਨਹੀਂ ਹੋ ਸਕਦੀ। ਕੇਜਰੀਵਾਲ ਜੀ ਦੀ ਪੋਲੀਟੀਕਲ ਵਿਲ ਹੈਗੀ ਆ ਕਰਪਸ਼ਨ ਨੂੰ ਖਤਮ ਕਰਨ ਲਈ, ਔਰ ਉਹ ਸਿਸਟਮ ਦੇ ਵਿੱਚ ਸੁਧਾਰ ਲਿਆਉਣਗੇ, ਲਿਆ ਕੇ ਸਿਸਟਮ ਨੂੰ ਠੀਕ ਕਰਕੇ ਕਰਪਸ਼ਨ ਨੂੰ ਨੱਥ ਪਾਉਣਗੇ। ਮੁੱਖ ਮੰਤਰੀ ਚਿਹਰਾ ਦੇ ਅਨਾਊਂਸ ਕਰ ਹੀ ਦਿੱਤਾ ਉਹਨਾਂ ਨੇ ਹੁਣ, ਉਹ ਤਾਂ ਭਗਵੰਤ ਮਾਨ ਜੀ ਹਰਮਨ ਪਿਆਰੇ ਲੀਡਰ ਨੇ, ਲੋਕਾਂ ਨੇ ਬਹੁਤ ਪਸੰਦ ਕੀਤਾ, ਪਿੰਡਾਂ ਦੇ ਵਿੱਚ ਜਾਓ ਲੋਕ ਬਹੁਤ ਖੁਸ਼ ਨੇ ਭਗਵੰਤ ਮਾਨ ਜੀ ਦਾ ਮੁੱਖ ਮੰਤਰੀ ਚਿਹਰੇ ਆਉਣ 'ਤੇ, ਕਿਉਂਕਿ ਲੋਕਾਂ ਨੇ ਉਹਨਾਂ ਦੇ 2 ਰੋਲ ਵੇਖੇ ਲੋਕ ਸਭਾ 'ਚ। ਇੱਕ ਤਾਂ ਜਿਸ ਤਰੀਕੇ ਦੇ ਨਾਲ ਉਹਨਾਂ ਨੇ ਕਿਸਾਨੀ ਦੇ ਮੁੱਦੇ ਨੂੰ ਚੁੱਕਿਆ, ਔਰ 2, ਉਹਨਾਂ ਨੇ ਜਿਹੜੇ ਸਾਡੇ ਵਿਦੇਸ਼ਾਂ 'ਚ ਨੌਜਵਾਨ ਜੇਲ੍ਹਾਂ 'ਚ ਭੜਕ ਰਹੇ ਸੀਗੇ ਉਹਨਾਂ ਦੀ ਰਿਹਾਈ ਦੀ ਗੱਲ ਕੀਤੀ। ਮੈਂ ਸਮਝਦਾ ਵੀ ਇਹ 2 ਇਸ਼ੂ 'ਚ ਬਹੁਤ ਵਧੀਆ ਚੁੱਕੇ ਨੇ, ਘਰ ਘਰ ਦੇ ਵਿੱਚ ਭਗਵੰਤ ਮਾਨ ਦਾ ਪਿਆਰ ਔਰ ਸਤਿਕਾਰ ਮਿਲ ਰਿਹਾ, ਔਰ ਲੋਕ ਉਹਨੂੰ ਮੁੱਖ ਮੰਤਰੀ ਬਣਾਉਣ ਦੇ ਉੱਪਰ ਤੁਲੇ ਸਨ। ਧੰਨਵਾਦ ਕਰਦਾ ਸੀ, ਥੈਂਕ ਯੂ ਇਹਨਾਂ ਧੰਨਵਾਦ ਕਰਦੇ ਹਾਂ ਜਿਹੜਾ ਬਹੁਤ ਕੀਮਤੀ ਸਮਾਂ ਕੱਟ ਕੇ ਸਾਨੂੰ ਦਿੱਤਾ ਉਹਨਾਂ ਨੇ।